ਫੈਸਲ ਯਾਰ ਇੱਥੋਂ ਜੂ ਮੈਂ ਇੰਜ ਨਿਕਲਿਆ ਇੱਧਰ ਅਮਰੀਕਾ ਉਹਨੂੰ ਛੱਡ ਦੇ ਇੱਧਰ ਇੱਥੋਂ ਮੈਂ ਇੰਜ ਨਿਕਲਿਆ ਦੇਖ ਮਿਸਾਲ ਆ ਇੱਥੋਂ ਮੈਂ ਇੰਜ ਨਿਕਲਿਆ ਅਤੇ ਨਿਕਲ ਕੇ ਮੈਂ ਸਿਰਫ ਉੱਥੇ ਮਤਲਬ ਇੱਧਰੋਂ ਦੀ ਇੰਜ ਗਿਆ ਵਾਂ ਇੰਜ ਜਾ ਕੇ ਅਤੇ ਇੱਧਰੋਂ ਮੈਂ ਉੱਪਰ ਚਲਾ ਗਿਆ ਵਾਂ ਅਤੇ ਚਾਬੀ ਜਾਂ ਤਾਂ ਉੱਤਰਦਿਆਂ ਡਿੱਗੀ ਆ ਮੇਰੇ ਕੋਲੋਂ ਜਾਂ ਹੱਥ 'ਚ ਡਿੱਗੀ ਆ ਛੱਲਾ ਸੀ ਉਹਦੇ ਵਿੱਚ ਬੇਤਬਾਰੀ ਉਸਤਾਦ ਜੀ ਤੁਹਾਨੂੰ ਉਹ ਜਾ ਕੰਮ ਕਰ ਲੈ ਨਜਾਇਜ਼ ਯਾਰ ਇੱਧਰੋਂ ਮੈਂ ਗਿਆ ਵਾਂ ਇੰਜ ਯਾਰ ਆ ਦੇਖ ਯਾਰ ਇਹ ਕੀ ਕਰ ਰਿਹਾ ਸਰ ਜੀ ਮੈਂ ਸ਼ਾਇਦ ਵੇਚਣਾ ਸਿੜਕ ਤੇਰਾ ਦਿਮਾਗ ਠੀਕ ਹੈ ਤੇਰਾ ਇਹਦੇ 'ਚ ਚਾਬੀ ਕਿੱਡੀ ਡਿੱਗ ਪਈ ਹੈ ਤੁਹਾਨੂੰ ਪਤਾ ਲੱਗਦਾ ਤੂੰ ਜਾ ਮੈਂ ਲੱਭ ਲਊਂਗਾ ਆਪੇ ਹੀ ਲੱਭ ਲਊਂਗਾ ਬਸ ਕਰਿਆ ਕਰੋ ਤੂੰ ਜਾ ਮੈਂ ਨਾਲ ਹੀ ਹਾਂ ਤੁਹਾਡੇ ਨਾਲ ਖੇਤ ਸਵਾਹ ਤੂੰ ਦੱਸ ਉੱਤੇ ਵੇਖੀ ਸੀ ਯਾਰ ਉਹ ਦੇਖਦਾ ਦਿਮਾਗ ਲੱਭੀ ਲੱਭੀ ਨਹੀਂ ਉਸਤਾਦ ਜੀ ਉਹ ਮੈਨੂੰ ਸ਼ੱਕ ਪੈਣ ਡਿਆ ਉਸਤਾਦ ਜੀ ਚੀਲ ਝੂਲ ਨਾ ਚੁੱਕ ਕੇ ਲੈ ਗਈ ਹੋਵੇ ਖੈਰ ਉਰੇ ਆ ਇੱਕ ਮਿੰਟ ਮੈਂ ਤੈਨੂੰ ਦੱਸਦਾ ਉਹ ਨਹੀਂ ਕਿਤੇ ਨਜ਼ਰ ਆ ਰਹੀ ਉਹ ਚਾਬੀ ਦਾ ਛੱਲਾ ਕਿੱਥੇ ਹਾਂਜੀ ਉਸਤਾਦ ਜੀ ਕਿੱਥੇ ਕਰਕੇ ਉਹ ਉੱਤੇ ਵੇਖ ਜ਼ਰਾ ਉਸਤਾਦ ਜੀ ਮੇਰਾ ਗਲਾ ਘੁੱਟਿਆ ਗਿਆ ਇੱਧਰ ਤਾਂ ਨਹੀਂ ਸੀ ਆਏ ਕੋਈ ਹਾਲ ਲੱਭ ਜਾ ਕੇ ਉਧਰ ਲੱਭ ਜਾ ਕੇ ਉਧਰ ਆਈ ਸੀ ਉੱਥੇ ਜਾ ਸਾਡੀ ਚਾਬੀ ਗਵਾਚ ਗਈ ਚਾਚਾ ਜੀ ਓਏ ਇੱਥੋਂ ਜੋ ਮੈਂ ਉਤਰਿਆ ਇੱਥੋਂ ਉਤਰ ਕੇ ਇੰਜ ਗਿਆ ਉਧਰ ਤਾਂ ਨਹੀਂ ਸੀਗੇ ਨਹੀਂ ਫਿਰ ਉਧਰ ਚਾਬੀ ਕਿਸ ਤਰ੍ਹਾਂ ਜਾ ਸਕਦੀ ਇੱਧਰ ਲੱਭ ਇੱਧਰ ਆ ਕੇ ਉਧਰੋਂ ਦੀ ਦੇਖ ਜਿੱਥੇ ਮੈਂ ਗੱਡੀ ਦੇ ਥੱਲੇ ਦੇਖ ਉਹ ਤੇਰਾ ਬੇੜਾ ਕਰ ਉਹਨੂੰ ਕੱਤ ਖੋਲਣ ਉਸਤਾਦ ਜੀ ਸ਼ਾਇਦ ਇਹਦੇ 'ਚ ਰੱਖਦੀ ਕੰਜਰਾ ਉਹ ਆ ਗਿਆ ਤਾਂ ਚੋਰੀ ਪੈ ਜਾਣੀ ਸਾਡੇ 'ਤੇ ਚੋਰੀ ਉਸਤਾਦ ਜੀ ਇਹਦੇ 'ਚ ਤਾਂ ਨਹੀਂ ਰੱਖੀ ਤੁਸੀਂ ਉਸਤਾਦ ਜੀ ਸੱਚਾ ਤਾਂ ਆਇਆ ਜੀ ਬਾਅਦ 'ਚ ਫੋਨ ਆਇਆ ਇੱਥੇ ਨਹੀਂ ਹੋ ਸਕਦੀ ਅੱਛਾ ਉਸਤਾਦ ਜੀ ਤੁਸੀਂ ਗਏ ਕਿੱਥੇ ਕਿੱਥੇ ਸੀਗੇ ਹੈ ਉਸਤਾਦ ਜੀ ਤੁਸੀਂ ਗਏ ਮੈਂ ਉਤਰਿਆ ਵਾਂ ਚਾਬੀਆਂ ਇਹਦੇ 'ਚੋਂ ਉਤਰਿਆ ਵਾਂ ਹਾਂਜੀ ਇੱਧਰੋਂ ਉਤਰ ਕੇ ਇੱਧਰੋਂ ਦੀ ਇੱਧਰੋਂ ਗਿਆ ਵਾਂ ਠੀਕ ਹੈ ਇੱਧਰੋਂ ਸਿੱਧਾ ਮੈਂ ਉੱਤੇ ਚਲਾ ਗਿਆ ਹੋਇਆ ਪਤਾ ਕੀ ਆ ਦੋ ਤਿੰਨ ਚਾਬੀਆਂ ਸੀ ਉਹਦੇ 'ਚ ਇੱਕ ਛੱਲਾ ਸੀ ਰਿੰਗ ਟੈਪ ਉਹ ਮੈਂ ਇੱਥੇ ਪਾਇਆ ਸੀ ਮੇਰਾ ਹਾਲ ਮੈਂ ਸੀਟ 'ਤੇ ਰੱਖਿਆ ਸੀ ਜਾਂ ਇੱਧਰ ਪਾਇਆ ਸੀ ਅੱਗੇ ਉਹ ਮੇਰਾ ਖਿਆਲ ਆ ਮੈਂ ਇੱਥੇ ਡਿੱਗੀ ਉਸਤਾਦ ਡਿੱਗੀ ਨਹੀਂ 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 ਇੱਕ ਮਿੰਟ ਰਿਆਣਾ ਤਰਾ ਉਸਤਾਦ ਜੀ ਤੁਸੀਂ ਉੱਧਰ ਰੇਤ ਵੱਲ ਤਾਂ ਨਹੀਂ ਗਏ ਸੀ ਉੱਧਰ ਮੈਂ ਕੀ ਕਰਨ ਜਾਣਾ ਵਾ ਸ਼ਾਇਦ ਮੈਂ ਮੇਰਾ ਦਫ਼ਤਰ ਆ ਵਾ ਮੇਰਾ ਕੰਮ ਇੱਧਰ ਆ ਉੱਧਰ ਮੈਂ ਕੀ ਕਰ ਉੱਠ ਉਸਤਾਦ ਜੀ ਸੱਟ ਲੱਗਦੀ ਜੇ ਤੁਹਾਨੂੰ ਪਤਾ ਇਹਦੇ 'ਚ ਕਿੱਧਰ ਆ ਗਈ ਚਾਬੀ ਉਸਤਾਦ ਜੀ ਸ਼ਾਇਦ ਮੈਂ ਕਿਹਾ ਤੁਸੀਂ ਇਹਦੇ 'ਚ ਰੱਖਤੀ ਹੋਵੇ ਕੋਈ ਬੰਦਾ ਜਾਣ ਮੁਕਤ ਲੈ ਜਾਂਦਾ ਅੱਜ ਵੀ ਹੋ ਜਾਂਦਾ ਨਾ ਅਕਸਰ Thank you.
ਉਹ ਨਹੀਂ ਮਿਲੀ ਕੋਈ ਪੁੱਛਣਾ ਸੀਗਾ ਚਾਬੀਆਂ ਦਾ ਇੱਧਰ ਕਿੱਧਰ ਗਿਆ ਤੂੰ ਉਸਤਾਦ ਜੀ ਮੈਂ ਨਾ ਡਾਕਟਰ ਨੂੰ ਪੁੱਛਣ ਗਿਆ ਸੀਗਾ ਕਿ ਸਾਡੀਆਂ ਚਾਬੀਆਂ ਤਾਂ ਨਹੀਂ ਵੇਖੀਆਂ ਕੀ ਕਹਿੰਦਾ ਉਹ ਕਹਿੰਦਾ ਨਹੀਂ ਵੇਖੀਆਂ ਫੋਨ ਕਰਕੇ ਨਾ ਹੈਲਪਲਾਈਨ ਤੇ ਚਾਬੀ ਬੰਦ ਕਰਾ ਦਿਓ ਉਸਤਾਦ ਜੀ ਮੇਰੀ ਟੈਲੀਨਾਰ ਵਾਲਿਆਂ ਦੀ ਚਾਬੀ ਗਵਾਚੀ ਹੈ ਲੱਖ ਲੰਨ ਤੇ ਤੈਨੂੰ ਅਕਲ ਨਹੀਂ ਆਉਣੀ ਕਦੀ ਉਸਤਾਦ ਜੀ ਉਹ ਨਹੀਂ ਗੱਲ ਹੈ ਉਸਤਾਦ ਜੀ ਚਾਬੀ ਬੰਦ ਕਰਾ ਦਿਓ ਬੜਾ ਨੁਕਸਾਨ ਹੁੰਦਾ ਉਸਤਾਦ ਜੀ ਉਹੀ ਤੋਂ ਚਾਬੀ ਤੇ ਲੱਭੀ ਕੋਈ ਜੇ ਕੋਈ ਬੰਦਾ ਲੱਭੇ ਜਾਂ ਚਾਬੀ ਲੱਭੇ ਨਾ ਤਾਂ ਮੈਨੂੰ ਉੱਪਰ ਬਣਾ ਦੇ ਤਿੰਨ ਚਾਬੀਆਂ ਛੱਲੇ ਦੇ ਵਿੱਚ ਆ ਛੋਟੇ ਜਿਹੇ ਛੱਲੇ 'ਚ ਨਾ ਤਿੰਨ ਚਾਬੀਆਂ ਨੇ ਓਏ ਲੱਭੀ ਜੀ ਇੱਥੇ ਵੀ ਨਹੀਂ ਆਇਆ ਓਏ ਉਹ ਅੰਦਰ ਕਰਕੇ ਹੀ ਥੋੜਾ ਥੱਲੇ ਹੋ ਕੇ ਦੇਖ ਇੱਕ ਮਿੰਟ ਮੈਂ ਤੈਨੂੰ ਦੱਸਦਾ ਮੈਂ ਤੈਨੂੰ ਦੱਸਦਾ ਇੱਥੇ ਥੱਲੇ ਹੋ ਇਹਦੇ ਅੰਦਰ ਦੇਖ ਨਾ ਮੋਟਰ ਦੇ ਪਿੱਛੇ ਦੇਖ ਮੋਟਰ ਦੇ ਪਿੱਛੇ ਦੇਖ ਮੋਟਰ ਦੇ ਪਿੱਛੇ ਤੁਹਾਡਾ ਭਲਾ ਕਰੀਏ ਤੇ ਉੱਤੋਂ ਉਸਤਾਦ ਜੀ ਤੁਸੀਂ ਇੰਜ ਕਰਦੇ ਹੋ ਜਾਂ ਮੇਰੇ ਤੇ ਛੱਡ ਦਿਓ ਜਾਂ ਕਿਸੇ ਤੇ ਇੱਥੇ ਤੇਰੇ ਅੱਬੇ ਨੇ ਅੰਦਰ ਚਾਬੀ ਫੜੀ ਮੈਂ ਤੇ ਉਧਰੋਂ ਨਿਕਲ ਕੇ ਉੱਪਰ ਗਿਆ ਇੱਥੇ ਚਾਬੀ ਕਿੱਧਰ ਆ ਗਈ ਪਤਾ ਲੱਗਦਾ ਉਸਤਾਦ ਜੀ ਮੈਂ ਤੈਨੂੰ ਖੋਲ ਕੇ ਮਬਲੈਲ ਦੇ ਵਿੱਚ ਮਿਕਸ ਕਰਕੇ ਚਾਬੀ ਵਾਰਤੀ ਅੰਦਰ ਸਾਰਿਆਂ ਨੂੰ ਸਿਆਪੇ 'ਚ ਪਾਇਆ ਵੇ ਸਿਆਪੇ 'ਚ ਪਾਇਆ ਦੀ ਹਫਾਜ਼ਤ ਕਰਿਆ ਕਰੋ ਉਸਤਾਦ ਜੀ ਮਸੀਤੇ ਐਲਾਨ ਕਰਾਈਏ ਹਾਂ ਸਹੀ ਗੱਲ ਕੀ ਮਸੀਤੇ ਐਲਾਨ ਕਰਾਵਾਂ ਵੀ ਮੇਰੀ ਇੱਕ ਛੋਟੀ ਡੇਢ ਕੁ ਸਾਲ ਦੀ ਚਾਬੀ ਗਵਾਚ ਗਈ ਆ ਹਰੇ ਰੰਗ ਦਾ ਉਹਨੇ ਛੱਲਾ ਪਾਇਆ ਪੈਰਾਂ 'ਚ ਉਹਦੇ ਦੰਦੇ ਨੇ ਹੈਂ ਆਪਣਾ ਨਾਂ ਨਹੀਂ ਦੱਸ ਸਕਦੀ ਕਿ ਮੈਂ ਚਾਬੀ ਹਾਂ ਜਿਹਨੂੰ ਲੱਭੇ ਸਜਾ ਜਾਨੀ ਆਫੀਸ਼ੀਅਲ ਦੇ ਦਫ਼ਤਰ ਬਣਾ ਦੇਵੇ ਇਹ ਐਲਾਨ ਕਰਾਵਾਂ ਹੈਂ ਇਹ ਐਲਾਨ ਕਰਾਵਾਂ ਬੰਦਾ ਕਰਦੇ ਰਹਿੰਦੇ ਉਸਤਾਦ ਜੀ ਤੁਸੀਂ ਉਸਤਾਦ ਜੀ ਘਰੋਂ ਹੀ ਨਹੀਂ ਸ਼ਾਇਦ ਲੈ ਕੇ ਆਏ ਉਹ ਯਾਰ ਘਰੋਂ ਮੈਂ ਲੈ ਕੇ ਆਇਆ ਯਾਰ ਗੱਡੀ 'ਚ ਆਇਆ ਤੇ ਫਿਰ ਕਿੱਥੇ ਰੱਖੀ ਜੇ ਚਾਬੀ ਮੈਂ ਇਹੀ ਤੇ ਤੁਹਾਨੂੰ ਕਿੱਥੇ ਰੱਖੀ ਚਾਬੀ ਮੈਨੂੰ ਸੋਚਣ ਦੇ ਸਾਰੇ ਅਸੀਂ ਜ਼ਲੀਲ ਹੋਣ ਡਿਆ ਦਫ਼ਤਰ ਦੀ ਚਾਬੀ ਤੁਹਾਡੇ ਮੈਨੂੰ ਸੋਚਣ ਦੇ ਠਹਿਰ ਜਾਓ ਰਿਆ ਇੱਥੇ ਬਹਿ ਕੇ ਸੋਚਦੇ ਠਹਿਰ ਫੜਾਈ ਵੀ ਇਹ ਤੁਹਾਨੂੰ ਕਿ ਵੀ ਨਹੀਂ ਯਾਨੀ ਕਿ ਕਿਸੇ ਨੂੰ ਫੜਾਇਆ ਕਰਨੀ ਜ਼ਿੰਮੇਦਾਰੀ ਦਾ ਕੋਈ ਸਾਹਸ ਹੁੰਦਾ ਵੇ ਜ਼ਿੰਮੇਦਾਰੀ ਦਾ ਸਾਹਸ ਹੀ ਨਹੀਂ ਹੈਗਾ ਤੁਹਾਨੂੰ ਸਲਾਮ ਵਾਲੇਕੁਮ ਬਾਜੀ ਬਾਜੀ ਸਾਡੀ ਚਾਬੀ ਗਵਾਚ ਗਈ ਹੈ ਬਾਜੀ ਉਹ ਚਾਬੀ ਹੈ ਨਾ ਲੱਭਣ ਨਹੀਂ ਡਈ ਬਾਜੀ ਬਾਜੀ ਮੈਂ ਕਹਿਣ ਡਿਆ ਇੱਕ ਮਿੰਟ ਨਹੀਂ ਉਰੇ ਤੇ ਆਓ ਗੱਲ ਤਾਂ ਸੁਣੋ ਇੱਧਰ ਆਓ ਸਾਰਾ ਕੁਛ ਲੈ ਲਓ ਉਸਤਾਦ ਜੀ ਕੀ ਇੱਧਰ ਕਿੱਧਰ ਉਸਤਾਦ ਜੀ ਵੇਖੋ ਨਾ ਕਿੱਡੀ ਮਜਬੂਰ ਹੋ ਕੇ ਮੰਗਣ ਡਈ ਅਗਰ ਕਿਸੇ ਦੀ ਅਸੀਂ ਮਦਦ ਕਰ ਦਈਏ ਫੇਵਰ ਕਰ ਦਈਏ ਤੇ ਬਾਜੀ 450 ਰੁਪਈਆ ਹੈਗਾ ਜੇ ਆ ਦੇਣਾ ਬਾਜੀ ਮੈਂ ਉਹਨੂੰ ਬਾਜੀ ਕਹਿ ਰਿਹਾ ਵਾਂ ਤੇ ਫਿਰ ਤੁਸੀਂ ਉਸਤਾਦ ਜੀ 50 ਰੁਪਈਏ ਕਢਾਣੇ ਨੇ ਸਿਰਫ ਉਹਨੂੰ ਮੈਂ 50 ਰੁਪਏ ਕਢਾਣੇ ਚਾਬੀ ਮੇਰੀ ਕੋਲ ਦਵਾਵਾਂ ਇਹਨਾਂ ਦੀਆਂ ਲਈ ਦੀਆਂ ਜੇ 450 ਦੇ ਗਈ ਹੈ 450 ਦੇ ਗਈ ਹਾਂਜੀ ਉਸਤਾਦ ਜੀ 500 ਰੁਪਈਆ ਮੈਂ ਦਿੱਤਾ ਉਹਨੂੰ ਉਸਤਾਦ ਜੀ ਇੰਜ ਦੀ ਬੰਦਿਆਂ ਦੀ ਮਦਦ ਕਰਨੀ ਚਾਹੀਦੀ ਯਕੀਨ ਕਰੋ ਉਸਤਾਦ ਜੀ ਤੁਸੀਂ ਤਾਂ ਜਾਣ ਕੇ ਲੱਗੇ ਹੋ ਚਾਬੀ ਲੱਭ ਓਏ ਕਿਸੇ ਮੈਨੂੰ ਕੀ ਕਵਾਂ ਯਾਰ ਇਹੋ ਜਿਹਾ ਬੰਦਾ ਨਾਲ ਹੋਵੇ ਕੋਈ ਸ਼ੈ ਵੀ ਨਾ ਗਵਾਚੇ ਕਸਮੇ ਲੈ ਫੈਸਲ ਤੂੰ ਕਹਿੰਦਾ ਗਲਤ ਸ਼ੈ ਲੱਭ ਲੈਣੀ ਹੈ ਆ ਜਾ ਉਸਤਾਦ ਜੀ ਮੈਨੂੰ ਯਾਰ ਇੱਥੇ ਬਹਿ ਜਾ ਯਾਰ ਇੱਥੇ ਬਹਿ ਜਾ ਤੈਨੂੰ ਯਾਦ ਆਇਆ ਛੱਡ ਦੇ ਉਸਤਾਦ ਜੀ ਬੈਲ ਮਾਰ ਕੇ ਵੇਖ ਲੈਣਾ ਸੀ ਫੈਸਲ ਚੁੱਪ ਕਰਕੇ ਬਹਿ ਜਾ ਮੈਨੂੰ ਨਹੀਂ ਚਾਹੀਦੀ ਮੈਂ ਨਵੀਂ ਬਣਾ ਲੂੰਗਾ ਛੱਡ ਦੇ ਮੈਂ ਨਵੀਂ ਬਣਾ ਲੂੰਗਾ ਲਾਣ ਤੇ ਭੇਜ ਤੂੰ ਮੈਂ ਕਹਿੰਦਾ ਛੱਡ ਦੇ ਚੈੱਕ ਤੇ ਕਰ ਲਈਏ ਸੋਚ ਯਾਰ ਫੈਸਲ ਸਾਹਿਬ ਲਾ ਯਾਰ ਕੋਈ ਤੈਨੂੰ ਖੁਦਾ ਦਾ ਵਾਸਤਾ ਯਾਰ
आयो उस्ताद जी है लग गई की चाबी आयो चलिए दफ्तर की होया लग गई है मैं कह रहे हैं चाबी हां जी किथे किथे लग गई हेलो उस्ताद जी चलो आयो हूं एक तो किदा लबी बस जिद्दा भी लग दस ते सही ना मेनू किथों लबी उस्ताद जी हुण जो मैं गड्डी दे सीट ते बैठा ना तो उस सीट पर तुम चाबी रखी थी तो वह मैं ना चुके जेब च पा ली तो फिर बाद मैं याद नहीं रहा तुम दसन का मैं चेत भुल गया उस्ताद जी तो मैं उस्ताद जी लेकिन तुम ना हिफाजत ना चलो कोई गल नहीं भी अच्छी गल चीज तो लग गई ना उस्ताद जी हिफाजत ना रख चीज तो लग गई ना कोई गलत इधर आ जाना दस दा तेन जी पता की गल इधर आ पहले इदा कर एक मिनट ठहर जा मैं तेरे अज तो बाद तू मेरे लो फारग हाँ तू मेरे लो मर गया फैसल रामे सजाद जानी ऑफिशियल चो कट हो गया तू अपना बना फैसल रामे तू अपना बना फैसल रामे बगैर तो ऑफिशियल फैसल रामे ऑफिशियल बना चैनल फैसल रामे डंगर ऑफिशियल बना ताजी माफ कर दो अल्लाह कसमे भूल गया सी उस्ताद जी मैं उस्ताद जी कदम उस्ताद जी मैं साथ करता बड़ा ताडा कसम वाली गल जी उस्ताद जी मैं अपने उस्ताद जी मैं प्यो समझदा तुहानू यकीन करो मेरे ओए मैं तैनू कुछ भी नहीं समझदा निकल जा उस्ताद जी मैं तुहानू कहा सी ना चोरियां छड़ दियो हुण हो गए हो ना जेल च तेरी मक्खन कसम